पुलिस ने समय रहते ही लुटेरों को दबोचा। फिरोजपुर में लुटेरे बेखौफ हो वारदातों को अंजाम दे रहे हैं, जिससे आम लोग दुकानदार के मनों में डर सा धो बना हुआ है। बीते दिन लुटेरों ने फिरोजपुर शहर इलाके में एक दुकानदार से हथियार की नोक पर नकदी उड़ाई। लुटेरे इस कदर बेखौफ है कि बिना किसी डर के भीड़ वाले इलाके में लूट की वारदात को अंजाम दे रहे हैं। देख सकते हैं किस तरह सीसीटीवी में लुटेरे आते हैं, एक के हाथ में हथियार है और दुकान से लूट कर कैश ले जाते हैं। मामला पुलिस के ध्यान में लाया गया। सीसीटीवी खंगालने के बाद पुलिस ने करीब 24 घंटे में ही चोर को पकड़ने में कामयाबी तो हासिल कर ली, लेकिन इस वारदात ने दुकानदार के मनों में एक डर बन गया है। ਜਿਹੜਾ ਇੱਕ 3 ਤਰੀਕ ਦੀ ਰਾਤ ਵਿੱਚ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ, ਜਿੱਥੇ ਇੱਕ ਪਿਸਟੋਲ ਦੀ ਨੋਕ 'ਤੇ ਦਿਖਾ ਕੇ ਕੁਝ ਪੈਸੇ ਦੀ ਲੁੱਟ ਹੋਈ ਸੀ, ਰੋਬਰੀ ਹੋਈ ਸੀ। ਇਹ ਜਿਹੜਾ ਮਸਲਾ ਸੀਗਾ, ਇਹ ਮਸਲੇ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਨਯੋਗ SSP ਫਿਰੋਜ਼ਪੁਰ ਸ਼੍ਰੀ ਵਿਵੇਕ ਸਿੰਘ ਸੋਨੀ ਨੇ ਇੱਕ ਟੀਮ ਗਠਿਤ ਕੀਤੀ ਸੀ DSP ਸਿਟੀ ਸ਼੍ਰੀ ਬਲਕਾਰ ਸਿੰਘ ਸੰਧੂ ਦੇ ਲੀਡਰਸ਼ਿਪ ਵਿੱਚ। ਆਹ ਜਿਹੜੀ ਟੀਮ ਹੈ, ਇਹਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਜਦ ਇਹ ਜਿਹੜਾ ਕੇਸ ਹੈਗਾ, ਇਹਨੂੰ ਲੈੱਸ ਦੈਨ 24 ਆਵਰ 'ਚ ਟ੍ਰੇਸ ਕਰਕੇ ਜਿਹੜਾ ਦੋਸ਼ੀ ਸੀਗਾ, ਜਿਹੜਾ ਉਹਦਾ ਨਾਮ ਹੈਗਾ ਵਿਸ਼ਾਲ ਉਰਫ ਪੋਲਾ ਪੁੱਤਰ ਚਿੰਦਾ, ਇਹਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈ, ਅਤੇ ਨਾਲ ਰਿਕਵਰੀ ਇੱਕ ਸਟਾਰ ਪਿਸਟਲ ਜਿਹੜਾ ਹੈਗਾ ਨਜਾਇਜ਼, ਉਹਦੀ ਰਿਕਵਰੀ ਕੀਤੀ ਹੈ, ਨਾਲ ਦੋ ਜਿਹੜੇ ਜਿੰਦਾ ਰਾਊਂਡ ਹੈ ਉਹਦੀ ਵੀ ਰਿਕਵਰੀ ਕੀਤੀ ਹੈਗੀ। ਜਿਹੜੀ ਮਨੀ ਸੀ ਨਾਲ, ਜਿਹੜੀ ਮਨੀ ਹੈ ਉਹ ਵੀ ਰਿਕਵਰ ਹੋ ਗਈ ਹੈ, 8,550 ਰੁਪਏ ਦੀ ਰਿਕਵਰੀ ਹੋਈ ਹੈ। ਨਾਲ ਅੱਜ ਇਹਦਾ ਪੁਲਿਸ ਰਿਮਾਂਡ ਲੈ ਕੇ ਹੋਰ ਜਿਹੜੇ ਦੇ ਸਾਥੀ ਹੈਗੇ ਉਹਦੇ ਉਹਨੂੰ ਅਸੀਂ ਟ੍ਰੇਸ ਕਰਾਂਗੇ, ਅਤੇ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਅਸੀਂ ਤਫਤੀਸ਼ ਦੇ। ਪਹਿਲਾਂ ਹੀ ਮਾਮਲੇ ਦਰਜ ਹੈ ਸਰ? ਬਿਲਕੁਲ ਜੀ, ਇਹ ਜਿਹੜਾ ਹੈਗਾ ਇਸ 'ਤੇ ਪਹਿਲੇ ਵੀ ਅੱਡ ਥਾਣਾ ਵਿੱਚ ਮਸਲੇ ਦਰਜ ਮੈਂ NDPS ਦਾ ਪਰਚਾ ਸੀਗਾ ਇਸ 'ਤੇ, ਅਤੇ ਇੱਕ 435 ਨੰਬਰ ਮੁਕਦਮਾ ਹੈਗਾ ਸਿਟੀ ਵਿੱਚ, ਉਹ ਵਾਂਟਡ ਵੀ ਸੀਗਾ। ਹਜੇ ਇਸ ਦਾ ਰਿਮਾਂਡ ਲੈ ਕਰਕੇ ਹਜੇ ਤਫਤੀਸ਼ ਜਾ ਰਹੀ ਹੈ, ਅਸੀਂ ਹੋਪਫੁਲ ਹੈਗਾ ਛੇਤੀ ਛੇਤੀ ਕਰ ਲਾਂਗੇ। ਬਾਕੀ ਮਾਮਲਿਆਂ ਦੇ ਵਿੱਚ ਵਾਂਟਡ ਹੈ ਜਾਂ ਜਮਾਨਤ ਦੇ ਬਾਰੇ ਜੀ? NDPS ਦੇ ਵੀ ਪਰਚੇ ਹੈਗੇ, ਲੁੱਟਾ ਖੋਹਾਂ ਦੀ ਵਾਰਦਾਤ ਵੀ ਕੀਤਾ ਹੈ, CCTV ਵਿੱਚ ਇਹਦਾ ਵੀਡੀਓ ਵੀ ਵਾਇਰਲ ਹੋ ਗਿਆ ਸੀ, ਤੇ ਇੱਕ ਬੜੀ ਇੱਕ ਕਾਮਯਾਬੀ ਹੈਗੀ ਫਿਰੋਜ਼ਪੁਰ ਪੁਲਿਸ ਵੱਲੋਂ ਜੀ। ਸਰ, ਲੁੱਟਾ ਖੋਹਾਂ ਦੀ ਵਾਰਦਾਤ ਲਗਾਤਾਰ ਜਾਰੀ ਨੇ, ਉਹਨੂੰ ਲੈ ਕੇ ਕੋਈ ਪੁਲਿਸ ਦਾ ਪਲਾਨ ਹੈ? ਦੇਖੋ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਮੁਕਦਮੇ ਜਿਹੜੇ ਲੁੱਟਾ ਖੋਹਾਂ ਦੇ ਉਹ ਸਾਡੇ ਸਾਰੇ ਟ੍ਰੇਸ ਹੈਗੇ, ਅਤੇ ਇਹਦੇ ਨਾਲ ਨਾਲ ਜਿਹੜੀ PCR ਗੱਡੀਆਂ ਹੈਗੀ ਉਸ ਕੀ ਪੈਟਰੋਲਿੰਗ ਬੜਾਈ ਗਈ ਹੈ, ਅਤੇ ਨਾਲ ਜਿਹੜਾ ਸਪੈਸ਼ਲ ਬ੍ਰਾਂਚ ਹੈ ਉਹ ਵੀ ਬੜਾ ਐਕਟਿਵ ਹੈਗਾ, ਅਤੇ ਮੈਂ ਆਪਣੂੰ ਦੱਸ ਸਕਦਾ ਹਾਂ ਕਿ ਲੁੱਟਾ ਖੋਹਾਂ ਦੀ ਵਾਰਦਾਤ 'ਚ ਕਮੀ ਆਈ ਹੈ। ਜਿਹੜੇ ਪਰਚੇ ਹੋ ਰਹੇ ਹੈ ਉਹ ਇਸ ਬਾਤ ਨੂੰ ਦਰਸਾਉਂਦੇ ਹੈ ਕਿ ਜਿਹੜੀ ਫਿਰੋਜ਼ਪੁਰ ਪੁਲਿਸ ਹੈ ਉਹ ਬਿਲਕੁਲ, ਜਿਹੜਾ ਵੀ ਬੰਦਾ ਪਰਚਾ ਕਰਾਉਣਾ ਚਾਹੁੰਦਾ ਹੈ ਉਸ ਕੀ ਪਰਚਾ ਅਸੀਂ ਦਰਜ ਕਰ ਦੇਵਾਂਗੇ। ਥਾਣਾ ਸਦਰ ਤੇ ਸਰ ਇੱਕ CC ਫੁਟੇਜ ਆਇਆ ਹੈ ਕਿ ਇੱਕ ਦੁਕਾਨ ਦੇ ਉੱਤੇ। ਸਬਸਕ੍ਰਾਈਬ ਟੂ ਆਵਰ YouTube ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।